ਮਸਤਾਂ ਦੇ ਸ਼ਹਿਰ 'ਚ ਕੁੜੀ ਦੇ ਨਾਲ ਹੋਈ ਮਾੜੀ ਹਰਕਤ, ਰੂਮ ਦਵਾਉਣ ਦੇ ਬਹਾਨੇ 8 ਜਣਿਆਂ ਨੇ ਕੁੜੀ ਦੇ ਨਾਲ ਕੀਤਾ ਨੀਚ ਕੰਮ, ਕੁੜੀ ਦੇ ਨਾਲ ਰੇਪ ਕੀਤਾ ਹੈ। ਜੀ ਹਾਂ, ਨਕੋਦਰ ਡੇਰੇ ਦੇ ਲੋਕਾਂ ਦੇ ਵਿੱਚ ਗੁੱਸੇ ਦਾ ਮਾਹੌਲ ਹੈ ਕਿ ਇੰਨੀ ਘਨੌਣੀ ਹਰਕਤ ਉਹਨਾਂ ਦੇ ਸ਼ਹਿਰ 'ਚ ਹੋਈ ਆ, ਉਹ ਵੀ ਬਾਹਰੋਂ ਆਈ ਕੁੜੀ ਦੇ ਨਾਲ। ਦੱਸ ਦਈਏ ਕਿ ਜਲੰਧਰ ਦੀ ਕੁੜੀ ਨਕੋਦਰ ਦੇ ਵਿੱਚ ਮੱਥਾ ਟੇਕਣ ਗਈ ਸੀ ਮਸਤਾਂ ਦੇ ਦਰਬਾਰ ਦੇ ਵਿੱਚ, ਤਾਂ ਆਉਣ ਵੇਲੇ ਵਾਪਸ ਆਉਣ ਵੇਲੇ ਸਮਾਂ ਲੱਗ ਗਿਆ, ਤਾਂ ਕੁੜੀ ਨੇ ਤੈਅ ਕੀਤਾ ਕਿ ਨਕੋਦਰ ਵਿਖੇ ਹੀ ਉਹ ਇੱਕ ਕਮਰਾ ਲੈ ਕੇ ਰਾਤ ਗੁਜ਼ਾਰੇਗੀ। ਤਾਂ ਉਸਨੇ ਕਿਸੇ ਨੂੰ ਪੁੱਛਗਿੱਛ ਕੀਤੀ, ਤਾਂ ਉਸਨੂੰ 8 ਜਣੇ ਖਾਲੀ ਥਾਂ 'ਤੇ ਲੈ ਗਏ ਅਤੇ ਉਸਦੇ ਨਾਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਜਿਸ ਤੋਂ ਬਾਅਦ ਕੁੜੀ ਨੇ ਬਹੁਤ ਚੀਖ ਚਿਹਾੜਾ ਕੀਤਾ, ਰੌਲਾ ਪਾਇਆ, ਪਰ ਕੋਈ ਵੀ ਮਦਦ ਦੇ ਲਈ ਨਹੀਂ ਆਇਆ। ਤਾਂ ਦੱਸ ਦਈਏ ਕਿ 20 ਅਪ੍ਰੈਲ ਨੂੰ ਇੱਕ ਘਿਨੌਣਾ ਅਪਰਾਧ ਹੋਇਆ ਹੈ। 8 ਜਣਿਆਂ ਨੇ ਕੁੜੀ ਦੇ ਨਾਲ ਗੈਂਗਰੇਪ ਕੀਤਾ, ਲੋਕਾਂ ਦੇ ਵਿੱਚ ਗੁੱਸਾ ਪਾਇਆ ਜਾ ਰਿਹਾ ਹੈ, ਤਾਂ ਜ਼ਿਲ੍ਹਾ ਜਲੰਧਰ ਦੇ ਨਕੋਦਰ ਦੇ ਵਿੱਚ ਗੈਂਗਰੇਪ ਹੋਇਆ ਹੈ। ਤਾਂ ਦੱਸ ਦਈਏ ਕਿ ਕੁੜੀ ਨਾਬਾਲਿਗ ਹੈ, ਸ਼੍ਰੀ ਮੁਕਤਸਰ ਸਾਹਿਬ ਦੀ ਰਹਿਣ ਵਾਲੀ ਹੈ, ਜਲੰਧਰ ਦੇ ਨਕੋਦਰ 'ਚ ਆਈ ਸੀ, ਮੱਥਾ ਟੇਕਣ ਆਈ ਸੀ, ਮਸਤਾਂ ਦੇ ਦਰਬਾਰ ਨਤਮਸਤਕ ਹੋਣ ਆਈ ਸੀ, ਪਰ ਉਸਦੇ ਨਾਲ ਆ ਕੀ ਕੰਮ ਹੋ ਗਿਆ। ਤਾਂ ਦੱਸ ਦਈਏ ਕਿ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਨਾਬਾਲਿਗ ਨੇ ਫੋਨ ਕਰਕੇ, ਜਿਸ ਤੋਂ ਬਾਅਦ ਪੁਲਿਸ ਨੇ 8 ਲੋਕਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ। 8 ਇਹ ਉਹੀ ਨੇ ਜਿਨ੍ਹਾਂ ਨੇ ਇਸ ਕੁੜੀ ਦੇ ਨਾਲ, ਵਿਚਾਰੀ ਕੁੜੀ ਦੇ ਨਾਲ ਨੀਚ ਕੰਮ ਕੀਤਾ। ਨਕੋਦਰ ਕਾਫੀ ਮਾਨਤਾ ਮੰਨੀ ਜਾਂਦੀ ਹੈ ਮਸਤਾਂ ਦੀ, ਲਾਡੀ ਸ਼ਾਹ ਡੇਰਾ ਬਾਬਾ ਮੁਰਾਦ ਸ਼ਾਹ ਦੇ ਦਰਬਾਰ 'ਚ ਅਨੇਕਾਂ ਭਗਤ ਪੂਰੇ ਪੰਜਾਬ ਭਰ 'ਚੋਂ, ਦੇਸ਼ ਵਿਦੇਸ਼ 'ਚੋਂ ਮੱਥਾ ਟੇਕਣ ਆਉਂਦੇ ਨੇ। ਉਸੇ ਤਰੀਕੇ ਦੇ ਨਾਲ ਸ਼੍ਰੀ ਮੁਕਤਸਰ ਸਾਹਿਬ ਤੋਂ ਵੀ ਇਹ ਕੁੜੀ ਮੱਥਾ ਟੇਕਣ ਗਈ ਸੀ, ਤਾਂ ਜਦ ਨਕੋਦਰ ਵਿਖੇ ਇਸਨੇ ਕਮਰਾ ਲੱਭ ਕੇ ਰੁਕਣ ਦੀ ਕੋਸ਼ਿਸ਼ ਕੀਤੀ, ਇਹ ਰਾਤ ਕੱਟਣੀ ਸੀ ਇਸਨੇ ਉਹ ਕਮਰੇ ਦੇ ਵਿੱਚ, ਤਾਂ ਇਸ ਨੂੰ 8 ਲੋਕ ਜ਼ਬਰਦਸਤੀ ਨਾਲ, 8 ਨੌਜਵਾਨ ਜ਼ਬਰਦਸਤੀ ਖਾਲੀ ਥਾਂ 'ਤੇ ਲੈ ਗਏ ਅਤੇ ਉੱਥੇ ਜਾ ਕੇ ਇਸਦੇ ਨਾਲ ਰੇਪ ਕੀਤਾ। 19 ਔਰ 20 ਤਰੀਕ ਦੀ ਦਰਮਿਆਨੀ ਰਾਤ ਨੂੰ ਜਲੰਧਰ ਰੂਰਲ ਪੁਲਿਸ ਦੇ ਕੰਟਰੋਲ ਰੂਮ 'ਤੇ ਇੱਕ ਇਤਲਾਹ ਮਿਲੀ, ਜਿਹਦੇ ਵਿੱਚ ਇੱਕ ਮਾਈਨਰ ਕੁੜੀ ਨੇ ਕਿਹਾ ਕਿ ਉਹਦੇ ਨਾਲ ਰੇਪ ਕਮਿਟ ਕੀਤਾ ਗਿਆ। ਇਹਦੇ ਵਿੱਚ FIR ਰਜਿਸਟਰ ਕਰਕੇ ਸਵਿਫਟ ਐਕਸ਼ਨ ਲੈਂਦੇ ਹੋਏ ਸਾਰੇ 8 ਅਕਿਊਜ਼ ਨੂੰ ਅਰੈਸਟ ਕਰ ਲਿਆ ਗਿਆ। ਇਹਦੇ ਵਿੱਚ ਅਗਲੀ ਤਫਤੀਸ਼ ਚੱਲ ਰਹੀ ਹੈ ਅਤੇ ਸਾਇੰਟਿਫਿਕ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਦੇ ਹੋਏ FSL ਦੀ ਮਦਦ ਲੈ ਕੇ ਇਹ ਯਕੀਨੀ ਬਣਾਇਆ ਜਾਊਗਾ ਕਿ ਸਾਰੇ ਅਕਿਊਜ਼ ਨੂੰ ਸਜ਼ਾ ਮਿਲੇ, ਤਾਂ ਕਿ ਇਸ ਵਿਕਟਿਮ ਨੂੰ ਨਿਆਂ ਮਿਲ ਸਕੇ। ਮਸਤਾਂ ਦੇ ਸ਼ਹਿਰ 'ਚ ਕੁੜੀ ਦੇ ਨਾਲ ਹੋਈ ਮਾੜੀ ਹਰਕਤ, ਰੂਮ ਦਵਾਉਣ ਦੇ ਬਹਾਨੇ 8 ਜਣਿਆਂ ਨੇ ਕੁੜੀ ਦੇ ਨਾਲ ਕੀਤਾ ਨੀਚ ਕੰਮ, ਕੁੜੀ ਦੇ ਨਾਲ ਰੇਪ ਕੀਤਾ ਹੈ। ਜੀ ਹਾਂ, ਨਕੋਦਰ ਡੇਰੇ ਦੇ ਲੋਕਾਂ ਦੇ ਵਿੱਚ ਗੁੱਸੇ ਦਾ ਮਾਹੌਲ ਹੈ ਕਿ ਇੰਨੀ ਘਨੌਣੀ ਹਰਕਤ ਉਹਨਾਂ ਦੇ ਸ਼ਹਿਰ 'ਚ ਹੋਈ ਆ, ਉਹ ਵੀ ਬਾਹਰੋਂ ਆਈ ਕੁੜੀ ਦੇ ਨਾਲ। ਦੱਸ ਦਈਏ ਕਿ ਜਲੰਧਰ ਦੀ ਕੁੜੀ ਨਕੋਦਰ ਦੇ ਵਿੱਚ ਮੱਥਾ ਟੇਕਣ ਗਈ ਸੀ ਮਸਤਾਂ ਦੇ ਦਰਬਾਰ ਦੇ ਵਿੱਚ, ਤਾਂ ਆਉਣ ਵੇਲੇ ਵਾਪਸ ਆਉਣ ਵੇਲੇ ਸਮਾਂ ਲੱਗ ਗਿਆ, ਤਾਂ ਕੁੜੀ ਨੇ ਤੈਅ ਕੀਤਾ ਕਿ ਨਕੋਦਰ ਵਿਖੇ ਹੀ ਉਹ ਇੱਕ ਕਮਰਾ ਲੈ ਕੇ ਰਾਤ ਗੁਜ਼ਾਰੇਗੀ। ਤਾਂ ਉਸਨੇ ਕਿਸੇ ਨੂੰ ਪੁੱਛਗਿੱਛ ਕੀਤੀ, ਤਾਂ ਉਸਨੂੰ 8 ਜਣੇ ਖਾਲੀ ਥਾਂ 'ਤੇ ਲੈ ਗਏ ਅਤੇ ਉਸਦੇ ਨਾਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਜਿਸ ਤੋਂ ਬਾਅਦ ਕੁੜੀ ਨੇ ਬਹੁਤ ਚੀਖ ਚਿਹਾੜਾ ਕੀਤਾ, ਰੌਲਾ ਪਾਇਆ, ਪਰ ਕੋਈ ਵੀ ਮਦਦ ਦੇ ਲਈ ਨਹੀਂ ਆਇਆ। ਤਾਂ ਦੱਸ ਦਈਏ ਕਿ 20 ਅਪ੍ਰੈਲ ਨੂੰ ਇੱਕ ਘਿਨੌਣਾ ਅਪਰਾਧ ਹੋਇਆ ਹੈ। 8 ਜਣਿਆਂ ਨੇ ਕੁੜੀ ਦੇ ਨਾਲ ਗੈਂਗਰੇਪ ਕੀਤਾ, ਲੋਕਾਂ ਦੇ ਵਿੱਚ ਗੁੱਸਾ ਪਾਇਆ ਜਾ ਰਿਹਾ ਹੈ, ਤਾਂ ਜ਼ਿਲ੍ਹਾ ਜਲੰਧਰ ਦੇ ਨਕੋਦਰ ਦੇ ਵਿੱਚ ਗੈਂਗਰੇਪ ਹੋਇਆ ਹੈ। ਤਾਂ ਦੱਸ ਦਈਏ ਕਿ ਕੁੜੀ ਨਾਬਾਲਿਗ ਹੈ, ਸ਼੍ਰੀ ਮੁਕਤਸਰ ਸਾਹਿਬ ਦੀ ਰਹਿਣ ਵਾਲੀ ਹੈ, ਜਲੰਧਰ ਦੇ ਨਕੋਦਰ 'ਚ ਆਈ ਸੀ,
ਮੱਥਾ ਟੇਕਣ ਆਈ ਸੀ, ਮਸਤਾਂ ਦੇ ਦਰਬਾਰ ਨਤਮਸਤਕ ਹੋਣ ਆਈ ਸੀ, ਪਰ ਉਸਦੇ ਨਾਲ ਆ ਕੀ ਕੰਮ ਹੋ ਗਿਆ? ਤਾਂ ਦੱਸ ਦਈਏ ਕਿ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਨਾਬਾਲਿਗ ਨੇ ਫੋਨ ਕਰਕੇ, ਜਿਸ ਤੋਂ ਬਾਅਦ ਪੁਲਿਸ ਨੇ 8 ਲੋਕਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ। 8 ਇਹ ਉਹੀ ਨੇ ਜਿਨ੍ਹਾਂ ਨੇ ਇਸ ਕੁੜੀ ਦੇ ਨਾਲ, ਵਿਚਾਰੀ ਕੁੜੀ ਦੇ ਨਾਲ ਨੀਚ ਕੰਮ ਕੀਤਾ। ਨਕੋਦਰ ਕਾਫੀ ਮਾਨਤਾ ਮੰਨੀ ਜਾਂਦੀ ਹੈ ਮਸਤਾਂ ਦੀ, ਲਾਡੀ ਸ਼ਾਹ ਡੇਰਾ ਬਾਬਾ ਮੁਰਾਦ ਸ਼ਾਹ ਦੇ ਦਰਬਾਰ 'ਚ ਅਨੇਕਾਂ ਭਗਤ ਪੂਰੇ ਪੰਜਾਬ ਭਰ 'ਚੋਂ, ਦੇਸ਼ ਵਿਦੇਸ਼ 'ਚੋਂ ਮੱਥਾ ਟੇਕਣ ਆਉਂਦੇ ਨੇ। ਉਸੇ ਤਰੀਕੇ ਦੇ ਨਾਲ ਸ਼੍ਰੀ ਮੁਕਤਸਰ ਸਾਹਿਬ ਤੋਂ ਵੀ ਇਹ ਕੁੜੀ ਮੱਥਾ ਟੇਕਣ ਗਈ ਸੀ। ਤਾਂ ਜਦ ਨਕੋਦਰ ਵਿਖੇ ਇਸ ਨੇ ਕਮਰਾ ਲੱਭ ਕੇ ਰੁਕਣ ਦੀ ਕੋਸ਼ਿਸ਼ ਕੀਤੀ, ਇਹ ਰਾਤ ਕੱਟਣੀ ਸੀ ਇਸਨੇ ਉਹ ਕਮਰੇ ਦੇ ਵਿੱਚ, ਤਾਂ ਇਸ ਨੂੰ 8 ਲੋਕ ਜ਼ਬਰਦਸਤੀ ਨਾਲ, 8 ਨੌਜਵਾਨ ਜ਼ਬਰਦਸਤੀ ਖਾਲੀ ਥਾਂ 'ਤੇ ਲੈ ਗਏ ਅਤੇ ਉੱਥੇ ਜਾ ਕੇ ਇਸ ਦੇ ਨਾਲ ਰੇਪ ਕੀਤਾ। 19 ਔਰ 20 ਤਰੀਕ ਦੀ ਦਰਮਿਆਨੀ ਰਾਤ ਨੂੰ ਜਲੰਧਰ ਰੂਰਲ ਪੁਲਿਸ ਦੇ ਕੰਟਰੋਲ ਰੂਮ 'ਤੇ ਇੱਕ ਇਤਲਾਹ ਮਿਲੀ, ਜਿਹਦੇ ਵਿੱਚ ਇੱਕ ਮਾਈਨਰ ਕੁੜੀ ਨੇ ਕਿਹਾ ਕਿ ਉਹਦੇ ਨਾਲ ਰੇਪ ਕਮਿਟ ਕੀਤਾ ਗਿਆ। ਇਹਦੇ ਵਿੱਚ FIR ਰਜਿਸਟਰ ਕਰਕੇ ਸਵਿਫਟ ਐਕਸ਼ਨ ਲੈਂਦੇ ਹੋਏ ਸਾਰੇ 8 ਅਕਿਊਜ਼ ਨੂੰ ਅਰੈਸਟ ਕਰ ਲਿਆ ਗਿਆ। ਇਹਦੇ ਵਿੱਚ ਅਗਲੀ ਤਫਤੀਸ਼ ਚੱਲ ਰਹੀ ਹੈ ਅਤੇ ਸਾਇੰਟੀਫਿਕ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਦੇ ਹੋਏ FSL ਦੀ ਮਦਦ ਲੈ ਕੇ ਇਹ ਯਕੀਨੀ ਬਣਾਇਆ ਜਾਊਗਾ ਕਿ ਸਾਰੇ ਅਕਿਊਜ਼ ਨੂੰ ਸਜ਼ਾ ਮਿਲੇ, ਤਾਂ ਕਿ ਇਸ ਵਿਕਟਿਮ ਨੂੰ ਨਿਆਂ ਮਿਲ ਸਕੇ।